ਇੱਕ ਫੌਜੀ ਦੇ ਵੱਲੋਂ ਆਪਣੀ ਹੀ ਪ੍ਰੇਮਿਕਾ ਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ, ਫਿਰ ਫੌਜ ਦੇ ਵਿੱਚ ਚਲਾ ਗਿਆ। ਜਦੋਂ ਇਹ ਵਾਰਦਾਤ ਕੀਤੀ ਉਦੋਂ ਫੌਜੀ ਛੁੱਟੀ ਤੇ ਆਇਆ ਹੋਇਆ ਸੀ। ਫਿਲਮ ਦਿਖਾਉਣ ਦਾ ਬਹਾਨਾ ਬਣਾ ਕੇ ਆਪਣੀ ਪ੍ਰੇਮਿਕਾ ਨੂੰ ਕਾਰ ਦੇ ਵਿੱਚ ਬਿਠਾਇਆ, ਫਿਰ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਇੰਨਾ ਹੀ ਨਹੀਂ, ਆਪਣੀ ਪ੍ਰੇਮਿਕਾ ਦੀ ਲਾਸ਼ ਨੂੰ ਬੋਰੀ ਦੇ ਵਿੱਚ ਪਾ ਕੇ ਘੱਗਰ ਨਹਿਰ ਦੇ ਵਿੱਚ ਸੁੱਟ ਦਿੱਤਾ। ਤਾਂ ਪੁਲਿਸ ਦੇ ਵੱਲੋਂ ਜਦੋਂ ਬਰੀਕੀ ਦੇ ਨਾਲ ਇਸ ਮਾਮਲੇ ਦੀ ਜਾਂਚ ਕੀਤੀ ਗਈ ਤਾਂ ਮੁਲਜ਼ਮ ਫੌਜੀ ਨੂੰ ਗ੍ਰਿਫਤਾਰ ਕਰ ਲਿਆ। ਉਸ ਵੇਲੇ ਜਦੋਂ ਫੌਜੀ ਮੁੜ ਛੁੱਟੀ ਤੇ ਆਇਆ ਹੋਇਆ ਸੀ, ਪੁੱਛ ਪੜਤਾਲ ਕੀਤੀ ਤਾਂ ਇਹ ਖੁਲਾਸਾ ਹੋਇਆ। ਇਸ ਲੜਕੀ ਦੇ ਨਾਲ ਫੌਜੀ ਦੇ ਪ੍ਰੇਮ ਪ੍ਰਸੰਗ ਸਨ ਤੇ ਫੌਜੀ ਪਹਿਲਾਂ ਹੀ ਸ਼ਾਦੀਸ਼ੁਦਾ ਸੀ ਤੇ ਲੜਕੀ ਇਸ ਤੇ ਦਬਾਅ ਬਣਾ ਰਹੀ ਸੀ ਕਿ ਉਸ ਦੇ ਨਾਲ ਵਿਆਹ ਕਰਵਾਏ। ਇਸ ਕਰਕੇ ਇਸ ਫੌਜੀ ਦੇ ਵੱਲੋਂ ਆਪਣੀ ਹੀ ਪ੍ਰੇਮਿਕਾ ਦਾ ਕਤਲ ਕੀਤਾ ਗਿਆ। ਫਤਿਹਾਬਾਦ ਦੇ ਰਤੀਆ ਖੇਤਰ ਦੇ ਵਿੱਚ ਫਰਵਰੀ ਮਹੀਨੇ ਦਾ ਇਹ ਪੂਰਾ ਮਾਮਲਾ ਹੈ ਜਿੱਥੇ ਇਸ ਫੌਜੀ ਨੇ ਆਪਣੀ ਪ੍ਰੇਮਿਕਾ ਨੂੰ ਮਾਰ ਕੇ ਨਹਿਰ ਦੇ ਵਿੱਚ ਸੁੱਟ ਦਿੱਤਾ। ਜਿੱਥੇ ਦੀ ਇਹ ਲੜਕੀ ਸੀ ਉਸ ਦੇ ਨਾਲ ਦੇ ਪਿੰਡ ਦਾ ਇਹ ਫੌਜੀ ਸੀ। ਦੋਵੇਂ ਜਾਣੇ ਇਕੱਠੇ ਪੜ੍ਹਦੇ ਰਹੇ ਔਰ ਦੋਵਾਂ ਦੇ ਪ੍ਰੇਮ ਸੰਬੰਧ ਸਨ। ਲੜਕੀ ਹੌਸਪੀਟਲ ਦੇ ਵਿੱਚ ਨਰਸ ਸੀ ਤਾਂ ਇਸ ਨੂੰ ਫਿਲਮ ਦਿਖਾਉਣ ਦਾ ਬਹਾਨਾ ਬਣਾ ਕੇ ਫੌਜੀ ਆਪਣੇ ਨਾਲ ਲੈ ਗਿਆ। ਰਸਤੇ ਦੇ ਵਿੱਚ ਚੁੰਨੀ ਦੇ ਨਾਲ ਉਸਦਾ ਗਲਾ ਘੁੱਟ ਦਿੱਤਾ, ਫਿਰ ਉਸਦੀ ਲਾਸ਼ ਨੂੰ ਬੋਰੀ ਦੇ ਵਿੱਚ ਪਾ ਕੇ ਘੱਗਰ ਨਹਿਰ ਦੇ ਵਿੱਚ ਸੁੱਟ ਦਿੱਤਾ। ਫਰਵਰੀ ਦਾ ਇਹ ਪੂਰਾ ਮਾਮਲਾ ਹੈ। ਹੁਣ ਕਿਤੇ ਜਾ ਕੇ ਪੁਲਿਸ ਦੇ ਵੱਲੋਂ ਫੌਜੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸਨੇ ਆਪਣੀ ਪ੍ਰੇਮਿਕਾ ਦਾ ਕਤਲ ਕੀਤਾ ਸੀ। ਇਹ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਔਰ ਪ੍ਰੇਮਿਕਾ ਇਸਦੀ ਵਿਆਹ ਦੇ ਲਈ ਦਬਾਅ ਬਣਾ ਰਹੀ ਸੀ, ਜਿਸ ਦੇ ਲਈ ਇਸ ਫੌਜੀ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। 5 ਫਰਵਰੀ ਨੂੰ ਰਤੀਆ ਖੇਤਰ ਦੇ ਵਿੱਚੋਂ ਲੰਘ ਰਹੀ ਘੱਗਰ ਨਦੀ ਦੇ ਵਿੱਚੋਂ ਕੁੜੀ ਦੀ ਲਾਸ਼ ਆ ਜਿਹੜੀ ਉਹ ਬੋਰੀ ਦੇ ਵਿੱਚ ਬੰਦ ਮਿਲੀ ਸੀ। ਤਾਂ ਪੁਲਿਸ ਦੇ ਜਦੋਂ ਇਸ ਮਾਮਲੇ ਨੂੰ ਖੰਗਾਲਿਆ ਗਿਆ ਤਾਂ ਇਸ ਲੜਕੀ ਦਾ ਪ੍ਰੇਮੀ ਜੋ ਕਿ ਮੌਜੂਦਾ ਫੌਜੀ ਹੈ, ਛੁੱਟੀ ਆਇਆ ਹੋਇਆ ਸੀ, ਇਸ ਨੂੰ ਹੀ ਗ੍ਰਿਫਤਾਰ ਕੀਤਾ। ਇਹੀ ਆਪਣੀ ਪ੍ਰੇਮਿਕਾ ਦਾ ਹਥਿਆਰਾ ਨਿਕਲਿਆ। ਹਮਾਰੇ 15/2/24 ਕੋ ਇੱਕ ਡੈਡ ਬੋਡੀ ਘੱਗਰ ਨਦੀ ਕੇ ਅੰਦਰ ਆਈ ਥੀ ਜੋ ਇੱਕ ਮਹਿਲਾ ਕੀ ਥੀ। ਉਸ ਪਰ ਹਮਨੇ FIR ਲੌਚ ਕਰੀ 302-201 IPC ਕੀ। ਉਸ ਸੰਬੰਧ ਮੇਂ ਹਮ ਕਾਫੀ ਤਲਾਸ਼ ਕਰੇ ਥੇ ਉਸਕੇ ਪਰਿਵਾਰ ਕੋ ਤੋ ਉਸਕੇ ਜੋ ਲੜਕੀ ਥੀ ਇੱਕ ਟੁਹਾਣਾ ਸੇ ਕੋਈ ਮੋਰੀ ਥੀ, ਯੇ ਮਗੜਾ ਗਾਂਵ ਕੀ ਥੀ, ਕੋਸ਼ਾ ਨਾਮ ਕੀ ਲੜਕੀ। ਤੋ ਇਸਕਾ ਵਹਾਂ FIR ਲੌਚ ਹੋ ਰਹੀ ਹੈ ਗੁੰਮਸ਼ੁਦਗੀ ਕੀ, ਟੁਹਾਣਾ ਸਿਟੀ ਕੇ ਅੰਦਰ। ਤੋ ਉਹ ਲੜਕੀ ਵਹਾਂ ਵੀ ਨਹੀਂ ਮਿਲ ਰਹੀ ਥੀ, ਤੋ ਉਹਨੇ ਤਲਾਸ਼ ਕਰਦੇ ਕਰਦੇ ਉਸਕੇ ਪਰਿਵਾਰ ਵਾਲੇ ਯਹਾਂ ਪਰ ਪਹੁੰਚੇ ਥੇ। ਤੋ ਲੜਕੀ ਕੇ ਜੋ ਕੱਪੜੇ ਔਰ ਫੋਟੋ ਸੇ ਉਹਨੇ ਪਹਿਚਾਨ ਕਰਿਆ ਥਾ ਵੀ ਇਹ ਲੜਕੀ ਹਮਾਰੀ ਹੈ। ਉਸ ਵਿਸ਼ੇ ਪਰ ਹਮ 302 ਮੇਂ ਉਸਕੀ ਜਾਂਚ ਕਰ ਰਹੇ ਥੇ। ਇਸੀ ਦੌਰਾਨ ਇਸ ਪੇ ਹਮਾਰੇ ਕੋ ਸ਼ੱਕ ਔਰ ਟੁਹਾਣਾ ਪੁਲਿਸ ਕੋ ਵੀ ਸ਼ੱਕ ਥਾ। ਉਸ ਇੱਕ ਆਰਮੀ ਕੇ ਅੰਦਰ ਆਪਣਾ ਫੌਜੀ ਹੈ, ਉਹ ਛੁੱਟੀ ਆਇਆ ਹੋਇਆ ਥਾ ਉਸ ਦੌਰਾਨ ਫਰਵਰੀ ਕੇ ਅੰਦਰ, ਔਰ ਉਹ ਵਾਪਿਸ ਆਪਣੀ ਡਿਊਟੀ ਪੇ ਚਲਾ ਗਿਆ ਥਾ। ਤੋ ਉਸ ਪੇ ਪੁਲਿਸ ਕੋ ਵੀ ਸ਼ੱਕ ਥਾ ਔਰ ਪੁਲਿਸ ਨੇ ਉਸਕੇ ਇਸ ਯੂਨਿਟ ਕੇ ਅੰਦਰ ਪੱਤਰਾਚਾਰ ਵੀ ਕੀਆ ਥਾ। ਔਰ ਅਬ ਹਮਨੇ ਉਸਕੇ ਜੋ ਪੁਲਿਸ ਯਹਾਂ ਕੀ ਔਰ ਟੁਹਾਣਾ ਵਾਲੀ ਵੀ ਉਸਕੀ ਤਲਾਸ਼ ਕਰੀ ਥੀ। ਉਸਕੋ ਉਹ ਫੌਜੀ ਛੁੱਟੀ ਪੇ ਆ ਗਿਆ ਥਾ, ਛੁੱਟੀ ਪੇ ਆ ਕੇ ਔਰ ਆਪਣੀ ਸਫਾਈ ਦੇਣੇ ਕੇ ਲੀਏ ਹਮਾਰੇ ਪੁਲਿਸ ਸਟੇਸ਼ਨ ਆਇਆ, ਜੋ ਹਮਨੇ ਉਸੇ ਪੁੱਛਤਾਛ ਕੀ ਔਰ ਉਸਕੋ ਗ੍ਰਿਫਤਾਰ ਹਮਨੇ ਕੱਲ ਗ੍ਰਿਫਤਾਰ ਕੀਆ। ਸਰ ਕਿਸ ਕਾਰਨ ਹੱਤਿਆ ਕੀ ਗਈ ਥੀ? ਇਹ ਜੋ ਗੋਸ਼ਾ ਲੜਕੀ ਹੈ ਔਰ ਜੋ ਰਾਮਪੜ ਆਰਮੀ ਕੇ ਅੰਦਰ ਫੌਜੀ ਹੈ, ਇਨਕੇ ਆਪਸ ਮੇਂ ਦੋਨੋਂ ਕੇ ਮਿੱਤਰਤਾ ਥੀ, ਸੰਬੰਧ ਥੇ। ਤੋ ਇਹ ਕਾਫੀ ਟਾਈਮ ਸੇ ਚੱਲ ਰਹੇ ਥੇ ਇਨਕੇ। ਔਰ ਅਬ ਜੋ ਲੜਕੀ ਥੀ ਉਸਕੀ ਪਤਾ ਇਹ ਲਗਾ ਥਾ ਵੀ ਇਸਕੀ ਕਈ ਮੇਰੀ ਅਨਯ ਜਗ੍ਹਾ ਕਰਦੀ ਹੈ, ਉਹ ਲੜਕੀ ਕੋ ਸ਼ਾਇਦ ਉਹ ਪਸੰਦ ਨਹੀਂ ਥਾ। ਤੋ ਇਹ ਫੌਜੀ ਥਾ ਇਸਕੋ ਬੋਲੀ ਮੈਂ ਆਪਸੇ ਸ਼ਾਦੀ ਕਰੂੰਗੀ, ਇਸ ਸੰਬੰਧ ਮੇਂ ਇਨ ਦੋਨੋਂ ਕੇ ਆਪਸ ਮੇਂ
ये शादी करना नहीं चाह रहा था क्योंकि मोदी शादीशुदा था, तो इस वजह से उसने अपना पिता छुड़ाने के लिए इसके हत्या की। हत्या तो की गई थी, किस चीज़ से की गई थी हत्या? तो इसके जो लेडीज़ के पास जो चुन्नी थी और एक का जो चार्जर का तार होता है, उन चीज़ों से भी सामने आया है, इन चीज़ों से उसकी गला दबाया गया है, तो इस चीज़ से अभी तक सामने आया। बाकी इसका पोस्टमार्टम कौन सी जगह हत्या की सर? इसकी गगन नदी जो है क्या ले जाके हत्या की? हाँ, ये इसको वहाँ से टोहाना से अपनी गाड़ी के अंदर बिठा के ले आए थे और ये बोला था कि हम फिल्म देख के आएंगे फतेहबाद में, और ये आते आते यहाँ इनकी बातचीत होती रही और बातचीत करके और ये गगन नदी पे चले गए। तो इसके साथ पता लगा एक साथी और भी था वो जो यहाँ से इसकी गाड़ी के अंदर बिठा के उसको भी ले गया था, तो उसकी हम अभी तलाश कर रहे हैं। वो एक व्यक्ति का नाम अन्य भी और भी आ रहे हैं और इसमें कुछ और साथी भी हो सकते हैं, उसकी हम अभी। सर इसका रिमांड लिया जाएगा जिसको गिरफ्तार किया गया? हाँ, अभी हम इसके गैंग पूछताछ करनी है और सभी चीज़ों की निशानदेही मौका मौका करना है, तो उसमें हम इसका पुलिस रिमांड लेंगे। सर ये भोजी कहाँ का था? भोजी का रामपुर का गाँव इधर सदर पहाड़ा में पड़ता है, इसका जामता खेड़ा। सर गगन नदी कहाँ पर रहकर गगन नदी में जो इसकी डेड बॉडी मार्केट अलग है, वो टोहाना का एरिया है, सिटी के इलाका, उसमें मार्केट अलग है। और ये बैठ के वहीं से आए थे फरवरी के अंदर, 4 फरवरी 2024 को टोहाना से। फिर पहले आप बता रहे सर फिल्म देखने गए थे फतेहाबाद, उसके बाद? नहीं, ये फिल्म देखने नहीं गए, ये वहाँ से आए थे, उस लड़के को बोला था हम फिल्म देखने चलेंगे और दोनों का विचार था फिल्म देखने का, लेकिन इसके दिमाग जो फौजी था इसके दिमाग में और बात घूम रही थी, इसको मारने का था, लेकिन इसकी इसने सोच रखा होगा, तो इस वजह से फिल्म देखने तो गए नहीं और इधर ही आए और इसकी भी हत्या गई। सर आपने बताया कि दोनों के संबंध थे, ये आपसे में इतने क्लोज कहाँ से हुए सर, कैसे इनका किया? ये दोनों पहले स्कूल में पढ़ते थे और लड़की से पीछे थी, ये थोड़ा आगे था, फिर ये आर्मी के अंदर नौकरी लगे, उसके बाद इनकी आपसे बातचीत होने लगी और उससे